ਫਰੈਂਡਸ, ਇਹ ਮਾਡਲ ਆਪਣੇ ਕੋਲ ਅਰਥਕਵੇਕ ਅਲਾਰਮ ਦਾ ਹੈ। ਜਦੋਂ ਕੋਈ ਅਰਥਕਵੇਕ ਆਉਂਦਾ ਹੈ ਤਾਂ ਇਸ ਅਲਾਰਮ ਨਾਲ ਅਸੀਂ ਜਾਣ ਸਕਦੇ ਹਾਂ। ਇਸ ਨੂੰ ਬਣਾਉਣ ਲਈ ਜੋ ਜੋ ਸਮਾਨ ਦੀ ਜ਼ਰੂਰਤ ਹੈ, ਇਸ ਵਿੱਚ ਇੱਕ ਬਜ਼ਰ ਲੱਗਿਆ ਹੋਇਆ ਹੈ, ਇੱਕ ਔਨ ਆਫ ਸਵਿੱਚ ਹੈ, 9 ਵੋਲਟੇਜ ਬੈਟਰੀ ਹੈ, ਕਨੈਕਟਿੰਗ ਵਾਇਰਸ ਹੈ, ਸਟੀਲ ਵਾਇਰ ਹੈ, ਕੋਪਰ ਵਾਇਰ, ਗਲਿਊ ਗਨ, ਸੈਲੋ ਟੇਪ ਐਂਡ ਆਪਣੇ ਕੋਲ ਇੱਕ ਵੇਟ ਹੈ। ਇਹ ਵੇਟ ਵਾਇਰ ਨੂੰ ਬੈਲੈਂਸ ਕਰਕੇ ਰੱਖੇਗਾ। ਹਾਂਜੀ, ਇਸ ਨੂੰ ਬਣਾਉਣ ਦਾ ਜੋ ਤਰੀਕਾ ਹੈ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ। ਬਜ਼ਰ ਦੇ ਨਾਲ ਜੋ ਵਾਇਰਸ ਕਨੈਕਟਿੰਗ ਹੈ, ਇੱਕ ਵਾਇਰ ਨੂੰ ਔਨ ਆਫ ਸਵਿੱਚ ਦੇ ਨਾਲ, ਉਹਦੇ ਵਿੱਚੋਂ ਇੱਕ ਵਾਇਰ 9 ਵੋਲਟੇਜ ਬੈਟਰੀ ਦੇ ਨਾਲ, ਅਤੇ 9 ਵੋਲਟੇਜ ਬੈਟਰੀ ਦੇ ਵਿੱਚੋਂ ਇੱਕ ਵਾਇਰ ਕੋਪਰ ਵਾਇਰ ਦੇ ਨਾਲ ਆਪਾਂ ਇੱਕ ਵੇਟ ਨੂੰ ਅਟੈਚ ਕੀਤਾ ਹੈ। ਇਹ ਵੇਟ ਤਾਂ ਅਟੈਚ ਕੀਤਾ ਹੈ ਜੋ ਸਿਲਵਰ ਵਾਇਰ ਦੇ ਵਿੱਚ ਇੱਕ ਹੋਲ ਹੈ। ਜਦੋਂ ਇਹ ਵਾਇਰ ਸਿਲਵਰ ਵਾਇਰ ਦੇ ਨਾਲ ਅਟੈਚ ਹੁੰਦੀ ਹੈ, ਟੱਚ ਵਿੱਚ ਆਉਂਦੀ ਹੈ, ਤਾਂ ਉਦੋਂ ਇਹ ਅਲਾਰਮ ਵੱਜਦਾ, ਉਦੋਂ ਪਤਾ ਲੱਗਦਾ ਵੀ ਅਰਥਕਵੇਕ ਆਇਆ ਹੋਇਆ। ਹਾਂਜੀ, ਇਸ ਨੂੰ ਮੈਂ ਵਰਕਿੰਗ ਦੇ ਵਿੱਚ ਤੁਹਾਨੂੰ ਦਿਖਾ ਰਿਹਾ। ਜਦੋਂ ਆਪਾਂ ਸਵਿੱਚ ਨੂੰ ਔਨ ਕਰਦੇ ਹਾਂ, ਆ ਮੈਂ ਸਵਿੱਚ ਔਨ ਕਰ ਦਿੱਤਾ ਹੈ, ਜਦੋਂ ਅਰਥਕਵੇਕ ਆਏਗਾ ਤਾਂ ਆਪਣੀ ਬਿਲਡਿੰਗ ਇਸ ਤਰੀਕੇ ਨਾਲ ਹਿੱਲੇਗੀ। ਜੇ ਬਿਲਡਿੰਗ ਹਿੱਲੇਗੀ ਤਾਂ ਜੋ ਆਹ ਵਾਇਰ ਹੈ ਉਹ ਇਸ ਸਟੀਲ ਵਾਇਰ ਨਾਲ ਜਾਂ ਕੋਪਰ ਵਾਇਰ ਨਾਲ ਅਟੈਚ ਹੋਏਗੀ, ਤਾਂ ਜਦੋਂ ਇਹ ਅਟੈਚ ਹੋਏਗੀ ਤਾਂ ਇੱਕ ਅਲਾਰਮ ਆਪਾਂ ਨੂੰ ਸੁਣਾਈ ਦੇਗਾ। ਤੁਸੀਂ ਦੇਖ ਰਹੇ ਹੋ ਜੋ ਆਹ ਵਾਇਰ ਹੈ, ਮੈਂ ਤੁਹਾਨੂੰ ਨੇੜੇ ਹੋ ਕੇ ਦਿਖਾ ਰਿਹਾ। ਜਦੋਂ ਇਹ ਵਾਇਰ ਇੱਕ ਸਟੀਲ ਵਾਇਰ ਦੇ ਨਾਲ ਅਟੈਚ ਹੁੰਦੀ ਹੈ ਤਾਂ ਇੱਕ ਬੀਪ ਦੀ ਆਵਾਜ਼ ਆਉਂਦੀ ਹੈ, ਅਲਾਰਮ ਦੀ ਆਵਾਜ਼ ਆਉਂਦੀ ਹੈ ਇਸ ਤਰੀਕੇ। ਬਹੁਤ ਹੀ ਪਿਆਰਾ ਮਾਡਲ ਹੈ, ਬਹੁਤ ਹੀ ਮਿਹਨਤ ਨਾਲ ਬਣਾਇਆ ਗਿਆ। ਇਸ ਨੂੰ ਤੁਸੀਂ ਆਪਣੇ ਹੋਮਸ ਦੇ ਵਿੱਚ ਬਣਾ ਸਕਦੇ ਹੋ। ਇਸ ਲਈ ਆਪਾਂ ਨੂੰ ਕਾਰਡਬੋਰਡ, ਔਨ ਆਫ ਵਾਇਰ, ਔਨ ਆਫ ਸਵਿੱਚ, ਕਨੈਕਟਿੰਗ ਵਾਇਰਸ, ਸਟੀਲ ਵਾਇਰ ਐਂਡ ਗਲਿਊ ਗਨ ਦੀ ਜ਼ਰੂਰਤ ਪੈਂਦੀ ਹੈ। ਥੈਂਕਸ ਐਂਡ ਹੈਵ ਅ ਨਾਈਸ ਡੇ।